ਫਾਸਟ ਫੂਡ ਆ ਬਰਗਰ ਹੌਟ ਡੌਗ ਇਹ ਟਿੱਕੀਆਂ ਜਿਹੀਆਂ ਹੁੰਦੀਆਂ ਅੱਜ ਕੱਲ੍ਹ ਇਹੀ ਕੁਛ ਚੱਲਦਾ ਯਾਰ ਪਰ ਆਪਣੇ ਕੋਲ ਇੰਨੇ ਪੈਸੇ ਕਿੱਥੇ ਦੁਕਾਨ ਖੋਲਣ ਨੂੰ ਬਾਈ ਵਾਲੇ ਘੜੁੱਕੇ ਤੇ ਖੋਲਾਂਗੇ ਨਾਲੇ ਬਾਈ ਦੇ ਚਾਰ ਪੈਸੇ ਮੁੜੇ ਹੋਣਗੇ ਜਿਹੜੇ ਫਸੇ ਪਏ ਹਾਂ ਗੱਲ ਤਾਂ ਸਹੀ ਹੈ ਓਏ ਇੱਕ ਮਿੰਟ ਚਾਰ ਕੁ ਦਿਨ ਪਹਿਲਾਂ ਤਾਂ ਕਹਿੰਦਾ ਸੀ ਬਈ ਜੇ ਮੈਂ ਘੜੂਕਾ ਚਲਾਊਂਗਾ ਫਿਰ MBA ਦਾ ਤਾਂ ਪੈ ਗਿਆ ਮੁੱਲ ਤੇ ਹੁਣ ਪੈ ਜੂ ਉਹ ਮੈਂ ਸਾਰਾ ਹਿਸਾਬ ਲਾ ਲਿਆ ਪੈਂਦਾ ਮੁੱਲ ਨਾਲੇ MBA ਦਾ ਪਹਿਲਾ ਚੈਪਟਰ ਇਹੀ ਕਹਿੰਦਾ ਕੰਮ ਚਾਹੇ ਕੋਈ ਵੀ ਹੋਵੇ ਕੋਈ ਵੱਡਾ ਛੋਟਾ ਨਹੀਂ ਹੁੰਦਾ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ ਓਏ ਆ MBA ਦਾ ਪਹਿਲਾ ਚੈਪਟਰ ਤੂੰ ਹੁਣ ਪੜਿਆ ਉਹ ਹਾਂ ਅਸੀਂ ਬਸ ਡਿਗਰੀ ਲੈਣ ਤੋਂ ਬਾਅਦ ਹਿਸਾਬ ਜਲਾ ਅਸੀਂ ਵੀ ਖੋਲ ਕੇ ਤੇ ਦੇਖ ਲਈਏ ਬੰਦਾ ਕੀ ਹੈ ਉਹ ਤੂੰ ਬਾਕੀ ਕੰਮ ਛੱਡ ਆਪਣੀਆਂ ਇੰਟਰਵਿਊ ਜੀਆਂ ਵੱਲ ਧਿਆਨ ਦੇ ਆਪਣਾ ਅਨਪੜਾਂ ਦਾ ਮਹੱਲਾ ਮੈਂ ਕਿਹਨੂੰ ਕਿਹਨੂੰ ਸਮਝਾਉਂਦਾ ਫਿਰੂੰ ਕਿ ਸਾਡਾ ਮੁੰਡਾ MBA ਦੇ ਹਿਸਾਬ ਨਾਲ ਚੱਲਦਾ ਸੋਚ ਲੈ MBA ਦਾ ਪਹਿਲਾ ਚੈਪਟਰ ਹੈ ਹੀ ਨਹੀਂ ਤੂੰ ਦੂਜੇ ਤੋਂ ਸ਼ੁਰੂ ਕੀਤਾ ਯਾਰ ਆਪਾਂ ਅਨਪੜਾ ਤੋਂ ਲੈਣਾ ਕੀ ਹੈ ਨਾਲੇ ਪੜ੍ਹੇ ਲਿਖੇ ਤਾਂ ਸਮਝ ਜਾਣਗੇ ਨਾ ਵੀ ਮੁੰਡਾ ਛੋਟਾ ਕੰਮ ਕਰੀ ਜਾਂਦਾ ਪੱਕਾ MBA ਹੈ ਨਾਲੇ ਚਾਰ ਵੱਡੀਆਂ ਕੰਪਨੀਆਂ ਦੇਖਣਗੀਆਂ ਕੀ ਪਤਾ ਯਾਰ ਛੇਤੀ ਨੌਕਰੀ ਮਿਲ ਜੇ ਹੈ ਉਹ ਤਾਂ ਆ ਲੋਕੀ ਛੋਟਾ ਮੋਟਾ ਕੰਮ ਕਰਕੇ ਪ੍ਰਧਾਨ ਮੰਤਰੀ ਬਣ ਗਏ ਕੀ ਪਤਾ ਤੇਰਾ ਮੁੰਡਾ ਵੀ ਬਣ ਜੇ ਪ੍ਰਧਾਨ ਮੰਤਰੀ ਨੂੰ ਤਾਂ ਨਾਲੇ ਦਾਜ ਬਹੁਤ ਮਿਲੂਗਾ ਉਹ ਹੈਪੀ ਤੂੰ ਤਾਂ ਕਹਿੰਦਾ ਫਾਸਟ ਫੂਡ ਖੋਲਣਾ ਹੈ ਆ ਘੜੂਕਾ ਤਾਂ ਸਲੋ ਚੱਲਦਾ ਹੈ ਉਹ ਇਹਨੇ ਘੜੁੱਕੇ ਤੇ ਬਹਿ ਕੇ ਲਿਬੜੇ ਵਾਲਿਆਂ ਨਾਲ ਰੇਸ ਲਾਉਣੀ ਹੈ ਉਹ ਚਲਾਉਣਾ ਤਾਂ ਹੈ ਹੀ ਨਹੀਂ ਇੱਕ ਜਗ੍ਹਾ ਖੜਾ ਕੇ ਰੱਖਣਾ ਉਹ ਹਾਂ ਬਸ ਗੱਲ ਖਤਮ ਚੱਲ ਤੂੰ ਕਰ ਲੈ ਪਰ ਇੱਕ ਗੱਲ ਦਾ ਧਿਆਨ ਰੱਖੀ ਕੋਈ ਵੀ ਇਦਾਂ ਦੀ ਗਲਤੀ ਨਹੀਂ ਕਰਨੀ ਜਿਹਦੇ ਕਰਕੇ ਸਾਡੇ ਘਰੇ ਦਾਜ ਆਉਂਦਾ ਆਉਂਦਾ ਰਹਿ ਜਾਵੇ ਮੇਰਾ ਇਹ ਲਾਸਟ ਚਾਂਸ ਪਤਾ ਨਹੀਂ ਬਿੱਟੂ ਦੇ ਵਿਆਹ ਤੱਕ ਮੈਂ ਰਹਿਣਾ ਕਿ ਨਹੀਂ ਰਹਿਣਾ ਯਾਰ ਕੱਖ ਨਹੀਂ ਹੁੰਦਾ ਤੁਹਾਨੂੰ ਆ ਬਾਪੂ ਨੇ ਵੀ ਮੈਨੂੰ ਐਂ ਕਿਹਾ ਸੀਗਾ ਆ ਭਰਜਾਈ ਛੇਵੀਂ ਰੋਟੀ ਰੱਖ ਕੇ ਗਈ ਉਹਦੇ ਮੂਹਰੇ ਵੀਰੇ ਕਰ ਰੈਡੀ ਯਾਰ ਹਾਂ ਸਤਿ ਸ਼੍ਰੀ ਅਕਾਲ ਜੀ ਹੁਣ ਕੀ ਹੋ ਗਿਆ ਉਹ ਮੈਂ ਨਾ ਜੀ ਨਵਾਂ ਬਿਜ਼ਨਸ ਸ਼ੁਰੂ ਕੀਤਾ ਉਹਦੀ ਓਪਨਿੰਗ ਸੈਰੇਮਨੀ ਲਈ ਤੁਹਾਨੂੰ ਇਨਵਾਈਟ ਕਰਨਾ ਹੈ ਜੀ ਹੈਪੀ MBA ਫਾਸਟ ਫੂਡ ਕੋਰਨਰ MBA ਹੈਪੀ ਹਾਂਜੀ ਕੰਗਰੈਟਸ ਤੁਸੀਂ ਆਉਣਾ ਹੈ ਠੀਕ ਹੈ ਜੀ ਕਦੋ
ਸਾਰੇ ਨਾ ਵੀਰੇ ਆ ਜਾ ਚਲੀ ਆ ਜਾ ਕੰਮ ਸ਼ੁਰੂ ਕੀਤਾ ਫਾਸਟ ਫੂਡ ਦਾ ਬਾਹਰੇ ਲੱਗੀ ਹੈ ਵੈਣ ਆਉਣਾ ਹੈ ਹੈ ਭਾਈ ਆਉਣਾ ਜ਼ਰੂਰ ਹੈ ਪੂਜਾ ਜੀ ਵੈਲਕਮ ਲੇਟ ਹੋ ਗਈ ਕੀ ਖਾਓਗੇ ਤੁਹਾਡਾ ਸਭ ਤੋਂ ਬੈਸਟ ਕੀ ਆ ਦਿਲ ਮੇਰੇ ਮਤਲਬ ਸਾਰਾ ਕੁਝ ਦਿਲ ਨਾਲ ਹੀ ਬਣਾਇਆ ਜੀ ਤੁਸੀਂ ਦੱਸੋ ਕੀ ਖਾਓਗੇ ਸਭ ਬੈਸਟ ਹੈ ਇੱਥੇ ਜੀ ਸੈਂਡਵਿਚ ਸੈਂਡਵਿਚ ਵੇਸ਼ੀ ਓਏ ਹਾਂ ਇਧਰ ਫੜਾ ਉਹ ਵੀ ਆਪਾਂ ਹੀ ਸੱਦੇ ਯਾਰ ਇਹਨਾਂ ਨੂੰ ਕੁਝ ਹੋਰ ਦੇ ਦੇ ਉਹ ਚੀਫ ਗੈਸਟ ਨੇ ਉਹ ਮੇਨ ਨੇ ਉਹ ਆ ਪਲੀਜ਼ ਤੁਸੀਂ ਖਾ ਲਓ ਉਹ ਆਲਰੇਡੀ ਇੱਕ ਹੀ ਖਾ ਚੁੱਕੇ ਉਹਨਾਂ ਨੂੰ ਹੋਰ ਦੇ ਦਿੰਦੇ ਆ ਜੀ ਕੋਈ ਨਹੀਂ ਇਹ ਆਪਾਂ ਅੱਧਾ ਅੱਧਾ ਖਾਵਾਂਗੇ ਮੈਂ ਤਾਂ ਲਿਆ ਦਿੰਦਾ ਹੀ ਵਧੀਆ ਬਣੇ ਥੈਂਕ ਯੂ ਇਹ ਆਪਣੇ ਹੈਪੀ ਦੀ ਰੇੜੀ ਨਹੀਂ ਉਹ ਰੇੜੀ ਕਹਿ ਕੇ ਕਿਤੇ ਮੁੰਡੇ ਦਾ ਕੰਮ ਹੀ ਨਾ ਬੰਦ ਕਰਾ ਦਿਓ ਸਟਾਲ ਕਹੋ ਇੱਕੋ ਹੀ ਗੱਲ ਆ ਪਰ ਕਹਿਣ ਨੂੰ ਜੋ ਮਰਜ਼ੀ ਕਹਿ ਲਈਏ ਸਾਲਾ ਗਾਹਕ ਤੇ ਗਾਹਕ ਚੜਿਆ ਫਿਰਦਾ ਪਰ ਗਾਹਕ ਕੱਲਾ ਹੈਪੀ ਦੀ ਰੇੜੀ ਤੇ ਹੀ ਹੈ ਬਾਕੀ ਖਾਲੀ ਪਈਆਂ ਨੇ ਖਾਲੀ ਤਾਂ ਆਪੇ ਹੋਣੀ ਆ ਆਪਣੇ ਐਮਬੀਏ ਲਿਖਿਆ ਇਹੀ ਤਾਂ ਫਰਕ ਹੁੰਦਾ ਅਨਪੜ੍ਹ ਤੇ ਪੜ੍ਹੇ ਲਿਖੇ ਜਦੋਂ ਹੈਪੀ ਨੂੰ ਨੌਕਰੀ ਮਿਲ ਗਈ ਨਾ ਫਿਰ ਆ ਰੇੜੀ ਮੈਂ ਸਾਂਭ ਲੂੰਗਾ ਰੇੜੀ ਨਹੀਂ ਸਟਾਲ ਕਹੀਦਾ ਆਹੋ ਸਿੰਗਾੜੇ ਪੈ ਪੈ ਨਾ ਅੱਖਾਂ ਤੱਕੀਆਂ ਪਈਆਂ ਨੇ ਉਹ ਤੇਰੇ ਨਹੀਂ ਕੰਮ ਆਉਣੀ ਇਹ ਉਹਦੇ ਤਾਂ ਐਮਬੀਏ ਲਿਖਿਆ ਜਦ ਹੈਪੀ ਨੂੰ ਐਮਬੀਏ ਦੀ ਡਿਗਰੀ ਲੈ ਕੇ ਦੇ ਸਕਦੇ ਹੋ ਮੈਨੂੰ ਐਮਬੀਏ ਦਾ ਬੋਰਡ ਲੈ ਕੇ ਦੇਣ ਲੱਗੇ ਮੌਤ ਪੈਂਦੀ ਹੈ ਤੁਹਾਡੇ ਚੱਲ 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 ਯਾਰ ਮੁੰਡੇ ਦੇ ਕੰਮ ਨੂੰ ਨਜ਼ਰ ਨਾ ਲਾ ਲੂੰ ਜਲਦੀ ਚੱਲ ਸੱਚੀ ਬਹੁਤ ਬਹੁਤ ਸਵਾਦ ਸੀ ਥੈਂਕ ਯੂ ਫੋਰ ਦੀ ਇਨਵੀਟੇਸ਼ਨ ਥੈਂਕ ਯੂ ਜੀ ਆ ਲਓ ਜੀ ਘਰ ਲੈ ਜਿਓ ਘਰੇ ਬੰਦਾ ਖਾਲੀ ਹੱਥ ਜਾਂਦਾ ਚੰਗਾ ਨਹੀਂ ਲੱਗਦਾ ਜੀ ਘਰੇ ਖਾਲੀ ਹੱਥ ਨਹੀਂ ਚਾਹੀਦਾ ਆਂਟੀ ਹੁਣ ਮਾਤਾ ਰਾਜੇ ਥੋੜਾ ਜਿਹਾ ਸਮਾਨ ਆਈ ਥੈਂਕ ਯੂ ਸੋ ਮਚ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਜੀ ਆਉਂਦੇ ਰਹੋ ਜੀ ਬਸ ਗਾਹਕ ਤੇ ਘਰ ਵਾਲੇ ਦਾ ਰੂਪ ਹੀ ਹੁੰਦੇ ਆ ਜੀ ਮੇਰਾ ਮਤਲਬ ਗਾਹਕ ਤੇ ਰੱਬ ਦਾ ਰੂਪ ਹੁੰਦੇ ਆ ਜੀ ਠੀਕ ਹੈ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਫਿਰ ਹਾਂ ਮੈਂ ਤੇ ਕਹਿੰਦਾ ਲੈ ਜਾਂਦੇ ਥੋੜਾ ਜਿਹਾ ਸਮਾਨ ਸੀ ਬਹੁਤ ਬਹੁਤ ਵਧਾਈਆਂ ਜੀ ਸੈਂਡਵਿਚ ਖਵਾਓ ਉਹ ਮੂਰਤ ਖਤਮ ਹੋ ਗਿਆ ਓਏ 80 ਰੁਪਏ ਗਈ 80 ਰੁਪਏ ਚੱਲ ਨਿਕਲੇ ਤੇ ਮੈਂ ਲਾਇਆ ਹਿਸਾਬ ਤੇ ਕੁੜੇ ਨਹੀਂ ਚੱਲ